साधु सिंह धर्मसोत तो। साधु सिंह धर्मसोत नूं एक दिन सवेरे जदों सूरज निकाला हुंदा उदों पहले ही चक लिया सी। जेल च रहे, विजिलेंस ने पैरवाई की केस की, उस तो बाद जमानत मिल गई, फिर जेल तो बहर आ गए। हुण दस दिया कि हुण फिर साधु सलाखां दे पिछे है। बिल्कुल प्रवीण जी, थोड़ी गल दुरुस्त है कि साधु सिंह धर्मसोत जिहड़े पंजाब सरकार च मंत्री रहे ने ते अजकल दूजी बार हुण अंदर गए ने। पहला उन्हां दा मामला जंगलात विभाग नूं लैके सी कि जंगलों की कटाई के नाँ के उत्ते 500 रुपया पर दरख्त के हिसाब नाल उन्होंने वसूली की, उन्होंने दोष लगे से। उस मामले च उन्हां दी गिरफ्तारी हुंदी है ते गिरफ्तारी तो अजकल वो जमानत ते चल रही सी जी। पर हुण जिहड़ी उन्हां दी गिरफ्तारी हुई है वह आमदन तो ਵੱਧ ਮਤਲਬ ਕਿ ਜਾਇਦਾਦ ਬਣਾਉਣ ਦਾ ਹੀ ਮਾਮਲਾ ਨਹੀਂ ਗਾ, ਆਮ ਤੋਂ ਵੱਧ ਖਰਚਿਆਂ ਦਾ ਮਾਮਲਾ। ਹੁਣ ਪਤਾ ਨਹੀਂ ਵਿਚਾਰਿਆਂ ਨੇ ਕਿਤੋਂ ਧਾਰ ਧੂਰ ਫੜੇ ਹੋਣੇ, ਹੈ ਨਾ। ਪਤਾ ਨਹੀਂ ਉਹ ਕੈਪਟਨ ਵਾਲੇ ਚੱਲ ਰਹੇ ਆ ਕਿ ਮਹਾਰਾਣੀ ਪਰਨੀਤ ਕੌਰ ਵਾਲੇ ਚੱਲ ਰਹੇ, ਕਿਹਦੇ ਵਾਲੇ ਚੱਲ ਰਹੇ, ਆਧਾਰ ਕਿਤੋਂ ਫੜਿਆ, ਕਿਉਂਕਿ ਜਿਹੜੀ ਜਿਸ ਆਧਾਰ ਦੇ ਉੱਤੇ ਕੱਲ ਗ੍ਰਿਫਤਾਰੀ ਹੋਈ ਹੈ ਉਹ ਆਧਾਰ ਬੜਾ ਕਮਾਲ ਹੈ ਪ੍ਰਵੀਨ ਜੀ। ਅੱਛਾ, ਉਹ ਕਹਿੰਦੇ ਜੀ ਜਨਾਬ ਕੋਲ ਪੈਸੇ ਤਾਂ ਹੈਗੇ 2.37 ਕਰੋੜ, ਠੀਕ ਹੈ ਠੀਕ ਹੈ, ਮਤਲਬ 2.5 ਕਰੋੜ ਤੋਂ ਘੱਟ ਹੈ ਪੈਸਾ। ਹਾਂਜੀ, ਤੇ ਖਰਚ ਤਾਂ 9.25 ਕਰੋੜ ਜੀ, ਮਤਲਬ 8.76 ਕਰੋੜ ਰੁਪਇਆ ਖਰਚਤਾ ਤੇ ਕੋਲ ਨੇ 2.37 ਕਰੋੜ ਰੁਪਇਆ। ਇਹਦਾ ਮਤਲਬ ਜਿਹੜਾ ਇੰਨਾ ਵੱਧ ਖਰਚਿਆ ਫਿਰ ਇਹ ਕਿਤੋਂ ਉਧਾਰ ਲਿਆ ਹੋਊਗਾ, ਕਿਉਂਕਿ ਇੰਨੇ ਦੁੱਧ ਧੋਤੇ ਨੇ ਸਾਧੂ ਤਾਂ ਨਾ ਹੈ ਅਗਲੇ ਦਾ। ਸੋ ਇਸ ਲਈ ਇਹ ਉਹ ਮਾਮਲਾ, ਮਤਲਬ ਹੈਰਾਨੀ ਹੁੰਦੀ ਹੈ ਪ੍ਰਵੀਨ ਜੀ, ਮਤਲਬ ਕਿ ਇਹ ਉਹ ਖਰਚੇ ਹੋਣਗੇ ਜਿਹੜੇ ਫੜ ਹੋ ਗਏ। 8.76 ਕਰੋੜ ਦੇ ਖਰਚੇ ਉਹ ਨੇ ਜਿਹੜੇ ਕਿਤੇ ਦਿਖ ਗਏ ਕਿ ਸਾਧੂ ਸਿੰਘ ਧਰਮਸੋਤ ਜਾਂ ਇਹਦੇ ਟੱਬਰ ਨੇ ਜਾਂ ਇਹਦੇ ਪਰਿਵਾਰ ਨੇ ਕੀਤੇ ਨੇ, ਉਹ ਖਰਚੇ ਹੋਣਗੇ। ਇਹ ਤੋਂ ਬਿਨਾਂ ਜਿਹੜੇ ਬਿਨਾਂ ਦੇਖੇ ਖਰਚੇ ਹੁੰਦੇ ਨੇ, ਜਿਹੜਾ ਤੁਸੀਂ ਕੈਸ਼ 'ਚ ਨਗਦ ਮਾਲ ਆਇਆ ਨਗਦ ਗਿਆ ਉਹਦਾ ਹਿਸਾਬ ਤਾਂ ਕੋਈ ਰੱਖੇ ਨਹੀਂ ਪਾਉਂਦਾ। ਸੋ ਇਹ ਉਹ ਖਰਚੇ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਸੋ ਕੱਲ੍ਹ ਜਦੋਂ ਮਤਲਬ ਕਿ ਇਹਨਾਂ ਦੀ ਸ਼ਾਮ ਨੂੰ ਗ੍ਰਿਫਤਾਰੀ ਹੁੰਦੀ ਹੈ, ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਸੋ ਹੁਣ ਇਹ ਸਮੇਂ ਕਾਂਗਰਸ ਦੇ ਵੈਸੇ ਤਾਂ ਇਹ ਚੌਥੇ ਮੰਤਰੀ ਨੇ ਅੰਦਰ, ਪਰ ਜਿਹੋ ਜਿਹੇ ਮਾਮਲਿਆਂ 'ਚ ਫਸੇ ਨੇ ਉਹੋ ਜਿਹੇ ਮਾਮਲਿਆਂ ਵਾਲੇ ਤੀਜੇ ਮੰਤਰੀ ਨੇ। ਵੈਸੇ ਜੇਕਰ ਤੁਸੀਂ ਦੇਖੋ ਤਾਂ ਇਸ ਮੌਕੇ ਨਵਜੋਤ ਸਿੰਘ ਸਿੱਧੂ ਵੀ ਅੰਦਰ ਨੇ, ਉਹ ਤੋਂ ਬਾਅਦ ਆਪਣਾ ਸੁੰਦਰ ਸ਼ਾਮ ਅਰੋੜਾ ਅੰਦਰ ਨੇ, ਉਹ ਤੋਂ ਬਾਅਦ ਜਿਹੜੇ ਤੀਸਰੇ ਮੰਤਰੀ ਨੇ ਆਪਣਾ ਭਾਰਤ ਭੂਸ਼ਣ ਆਸ਼ੂ ਉਹ ਅੰਦਰ ਨੇ, ਤੇ ਹੁਣ ਸਾਧੂ ਸਿੰਘ ਧਰਮਸੋਤ। 4 ਕਾਂਗਰਸੀ ਸਾਬਕਾ ਮੰਤਰੀ ਅੰਦਰ ਚਲੇ ਗਏ, ਗਿਲਜੀਆਂ ਦਾ ਅਜੇ ਜ਼ਮਾਨਤ ਚੱਲਦੀ ਆ, ਅਕਾਲੀਆਂ ਦੇ ਕਈਆਂ ਦੇ ਹੋਰ ਕਈ ਕਾਂਗਰਸੀਆਂ ਦੇ ਫੋਲੇ ਜਾ ਰਹੇ ਨੇ। ਪਰ ਜੇਕਰ ਨਵਜੋਤ ਸਿੱਧੂ ਦੇ ਮਾਮਲੇ ਤੁਸੀਂ ਵੱਖ ਰੱਖੋ ਕਿ ਉਹ ਇੱਕ ਸੜਕ ਹਾਦਸੇ ਵਾਲਾ ਮਾਮਲਾ ਸੀ ਜਿਹ 'ਚ ਉਹਨਾਂ ਨੂੰ ਲੰਬੇ ਸਮੇਂ ਬਾਅਦ ਜੇਲ੍ਹ ਜਾਣਾ ਪਿਆ, ਤਾਂ ਆਹ ਭ੍ਰਿਸ਼ਟਾਚਾਰੀ ਵਾਲੇ ਮਾਮਲੇ, ਧੋਖਾਧੜੀ ਵਾਲੇ ਮਾਮਲੇ, ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਤੇ ਸਾਧੂ ਸਿੰਘ ਧਰਮਸੋਤ ਹੁਣ ਤੀਜੇ ਨੇ। ਪਰ ਇਹ ਮਾਮਲਾ ਇੱਥੇ ਮੁੱਕਣ ਵਾਲਾ ਨਹੀਂ ਪ੍ਰਵੀਨ ਜੀ। ਤੁਸੀਂ ਇਹ ਦੇਖੋ ਕਿ ਜਿਹੜਾ ਕੱਲ ਵਿਜੀਲੈਂਸ ਨੇ ਹਵਾਲਾ ਦਿੱਤਾ, ਉਹ ਕਹਿੰਦੇ ਜੀ 270% ਇਜਾਫਾ ਹੈ, ਠੀਕ ਹੈ, ਇਹਨਾਂ ਦੀ ਜਾਇਦਾਦ ਦੇ ਵਿੱਚ। ਸੋ ਇਸ ਲਈ ਇਹ ਸਵਾਲ ਹੈ ਕਿ ਇਹ ਉਹ ਹੈ ਜਾਇਦਾਦ ਤੇ ਪ੍ਰੋਪਰਟੀ, ਇਹਦੇ ਵਿੱਚ ਮਕਾਨ ਵੀ ਨੇ, ਇਹਦੇ ਵਿੱਚ ਘਰ ਵੀ ਨੇ, ਇਹਦੇ ਵਿੱਚ ਕੋਠੀਆਂ ਵੀ ਨੇ, ਇਹਦੇ ਵਿੱਚ ਵਪਾਰਕ ਅਦਾਰੇ ਵਾਲੀਆਂ ਥਾਵਾਂ ਵੀ ਨੇ, ਇਹਦੇ ਵਿੱਚ ਖੇਤੀ ਵਾਲੀ ਜ਼ਮੀਨ ਵੀ ਹੈਗੀ ਆ। ਸੋ ਵੱਖੋ ਵੱਖ ਥਾਵਾਂ ਤੇ ਜਿਹੜੀਆਂ ਉਹਨੇ ਲਈਆਂ ਉਹਦੇ ਆਧਾਰ ਦੇ ਉੱਤੇ ਕਹਿੰਦੇ ਸਾਰਾ ਦਸਤਾਵੇਜ਼ ਤਿਆਰ ਕੀਤਾ। ਤੇ ਉਹ ਕਹਿੰਦੇ 2016 ਤੋਂ ਲੈ ਕੇ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ ਜਿਹੜੀ ਜਾਇਦਾਦ ਇਹਨਾਂ ਨੇ ਆਪਣੇ ਅੰਕੜਿਆਂ 'ਚ ਦਿਖਾਈ, ਦਸਤਾਵੇਜ਼ਾਂ 'ਚ ਦਿਖਾਈ, ਜਿਹੜੀ ਇਹਨਾਂ ਦੀ ਕੁੱਲ ਆਮਦਨ ਸਰੋਤ ਬਣੀ, ਉਹ ਬਣੀ 2,37,12,596 ਰੁਪਈਏ। ਤੇ ਜਿਹੜੀ ਖਰਚ ਦਿੱਤੀ ਇਸ ਸਮੇਂ ਦੇ ਦੌਰਾਨ, ਉਹ ਖਰਚੀ 8,76,30,888 ਰੁਪਈਏ, ਠੀਕ ਹੈ। ਤੇ ਇਸ ਹਵਾਲੇ ਨਾਲ ਸਵਾਲ ਆਇਆ ਕਿ ਭਾਈ ਆਹ ਜਿਹੜਾ ਪੈਸਾ ਹੈ ਤੁਸੀਂ ਐਲਾਨੀ ਹੋਈ ਆਪਣੀ ਰਾਸ਼ੀ ਤੋਂ ਬਿਨਾਂ, ਜਿਹੜਾ 6,49,18,292 ਰੁਪਈਏ ਖਰਚੇ ਨੇ, ਇਹ ਕਿੱਥੋਂ ਆਏ? ਮਤਲਬ 6,49,00,000 ਲਗਭਗ 6.5 ਕਰੋੜ ਰੁਪਈਆ ਐਂ ਖਰਚਦਾ ਜਿਹੜਾ ਹੈ ਹੀ ਨੀ ਕੋਲ, ਹੈ ਹੀ ਨੀ ਕੋਲੇ, ਬਿਲਕੁਲ ਸਹੀ ਹੈ। ਤੇ ਉਹ ਕਿੱਥੋਂ ਖਰਚਿਆ ਹੋਵੇ? ਸਾਧੂ ਸਿੰਘ ਧਰਮਸੋਤ ਤੋਂ ਜਵਾਬ ਮੰਗਿਆ। ਸੋ ਇਸ ਮਾਮਲੇ 'ਚ ਫਸੇ ਨੇ, ਪਰ ਅਜੇ ਇੱਕ ਮਾਮਲਾ ਹੋਰ ਵੱਡਾ ਪਿਆ ਪ੍ਰਵੀਨ ਜੀ, ਠੀਕ ਹੈ, ਉਹ ਹੈ ਜਵਾਕਾਂ ਦਾ ਵਜ਼ੀਫੇ ਖਾਣ ਵਾਲਾ, ਤੇ ਉਹ ਕਰੀਬ ਕਰੀਬ 300 ਕਰੋੜ ਦਾ ਮਾਮਲਾ ਜੀ। ਤੇ ਹੁਣ ਉਹ 'ਚ ਕਿਹਨੇ ਕਿਹਨੇ ਛਕਿਆ, ਔਰ ਹੱਦ ਦਰਜੇ ਦੀ ਉਹ ਹੈ ਕਿ ਜਿਹੜਾ ਭਾਈਚਾਰਿਆਂ 'ਚੋਂ ਤੁਸੀਂ ਆਉਂਦੇ ਹੋ, ਜਿਨ੍ਹਾਂ ਦੀ ਤੁਸੀਂ ਪੈਰਵੀ ਕਰਦੇ ਹੋ, ਤੇ ਉਹਨਾਂ ਜਵਾਕਾਂ ਦੇ ਵਜ਼ੀਫੇ ਖਾ ਗਏ। ਇਸ ਲਈ ਇਹ ਵੱਡਾ ਸਵਾਲ ਖੜਾ ਕਿ ਤੁਸੀਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ, ਦਲਿਤ ਭਾਈਚਾਰੇ ਦੇ, SC-BC ਬੱਚਿਆਂ ਦੇ, ਤੁਸੀਂ ਉਹਨਾਂ ਦੇ ਵਜ਼ੀਫੇ ਖਾਧੇ ਨੇ, ਤੇ ਉਸ ਮਾਮਲੇ ਦੀ ਵੀ ਜਾਂਚ ਹੋਣੀ ਔਰ ਮਾਮਲਾ ਅੱਗੇ ਤੱਕ ਜਾਣਾ। ਇਹੀ ਨਹੀਂ,
ਹੁਣ ਇਹ ਮਾਮਲਾ ਕਿਤੇ ਨਾ ਕਿਤੇ ਹੋ ਸਕਦਾ ਕਿ ਸਕਾਲਰਸ਼ਿਪ ਵਾਲੇ ਮਾਮਲੇ ਚ ਘੁਟਾਲੇ ਦੀ ਜਾਂਚ ਸੀਬੀਆਈ ਕੋਲ ਚਲੀ ਜਾਵੇ ਤੇ ਇੱਧਰ ਜਿਹੜੀ ਈਡੀ ਹੈ ਉਹ ਪਹਿਲਾਂ ਤੋਂ ਹੀ ਜਿਹੜੀ ਇਹਨਾਂ ਦੇ ਘੁਟਾਲੇ ਨੇ ਚਾਹੇ ਉਹ ਜੰਗਲਾਤ ਵਾਲੇ ਨੇ ਚਾਹੇ ਉਹ ਆਮਦਨ ਤੋਂ ਵੱਧ ਸਰੋਤਾਂ ਵਾਲੇ ਚਾਹੇ ਮਨੀ ਲੈਂਡਿੰਗ ਦੇ ਮਾਮਲੇ ਨੇ ਉਹਦੀ ਈਡੀ ਵੀ ਨਜ਼ਰ ਰੱਖ ਰਹੀ ਹੈ ਸੋ ਹੋ ਸਕਦਾ ਹੈ ਇਹਨਾਂ ਦੇ ਜਿਹੜੇ ਆਕਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਸਤਿ ਧਰਮਸੋਤ ਦੇ ਕਹਿੰਦੇ ਜਿਹਨਾਂ ਵੱਲੋਂ ਮਤਲਬ ਕਿ ਸੇਵਾ ਨਿਭਾਉਂਦੇ ਸੀ ਇਹ ਸਾਰੀਆਂ ਹੈਨਾ ਇਸ ਲਈ ਹੋ ਸਕਦਾ ਕਿ ਉਹ ਸੀਬੀਆਈ ਜਾਂ ਈਡੀ ਵਾਲੇ ਮਾਮਲਿਆਂ ਚ ਬਚਾ ਲੈਣ ਸਤਿ ਸਿੰਘ ਧਰਮਸੋਤ ਨੂੰ ਪਰ ਵਿਜੀਲੈਂਸ ਵੱਲੋਂ ਸਰਕਾਰ ਵੱਲੋਂ ਬਚਣਾ ਬਹੁਤ ਔਖਾ ਹੈ ਜੀ ਬਿਲਕੁਲ ਹੁਣ ਇਹੀ ਜਿਹੀ ਸਥਿਤੀ ਚ ਬੀਜੇਪੀ ਤਾਂ ਲੈਣ ਤੋਂ ਰਹੀ ਹਲੇ ਮੈਨੂੰ ਲੱਗਦਾ ਬੀਜੇਪੀ ਤਾਂ ਜੀ ਸ਼ਾਮਿਲ ਨਹੀਂ ਕਰ ਸਕਦੀ ਸਤਿ ਸਿੰਘ ਧਰਮਸੋਤ ਨੂੰ ਮੈਨੂੰ ਜੋ ਸਮਝ ਆਉਂਦੀ ਹੈ ਹੈਨਾ ਤਾਂ ਹੀ ਭਗਵੰਤ ਮਾਨ ਨੇ ਸ਼ਾਇਦ ਕਿਹਾ ਸੀ ਕਿ ਮੈਂ ਕਿਹਾ ਕਿ ਸਵੇਰੇ ਹੀ ਨੱਪ ਲਓ ਇਹ ਤੋਂ ਪਹਿਲਾਂ ਕਿ ਉਹ ਬੀਜੇਪੀ ਸ਼ਾਮਿਲ ਹੋਵੇ ਪਹਿਲਾਂ ਪੜ ਲਓ ਸੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਵੇ ਜੇ ਬੀਜੇਪੀ ਚਲਾ ਗਿਆ ਫਿਰ ਸਾਡੇ ਲਈ ਨੱਪਣਾ ਵੀ ਔਖਾ ਹੋ ਜਾਊਗਾ ਪਰ ਹੁਣ ਉਹ ਦੂਸਰੀ ਵਾਰ ਪਹਿਲਾਂ ਜੰਗਲਾਤ ਵਾਲੇ ਮਾਮਲੇ ਚ ਤੇ ਹੁਣ ਇਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਫਸੇ ਨੇ ਤੇ ਅਜੇ ਸਕਾਲਰਸ਼ਿਪ ਵਾਲਾ ਮਾਮਲਾ ਪਿਆ ਹੈ ਤੇ ਹੋਰ ਕਈ ਮਾਮਲੇ ਖੁੱਲ ਸਕਦੇ ਨੇ ਸੋ ਇਸ ਲਈ ਸਤਿ ਸਿੰਘ ਧਰਮਸੋਤ ਦਾ ਹੁਣ ਇਹ ਮਾਮਲਾ ਵੱਡਾ ਬਣ ਗਿਆ ਸੋ ਇਸ ਲਈ ਇਸ ਮਾਮਲੇ ਚ ਹੁਣ ਬਚਣਾ ਵੀ ਮੁਸ਼ਕਿਲ ਹੈ ਤੇ ਹੁਣ ਦੇਖਦੇ ਹਾਂ ਇਹ ਤੋਂ ਬਾਅਦ ਅਗਲਾ ਨੰਬਰ ਵੀ ਕਿਹਦਾ ਆਉਂਦਾ ਤੇ ਇਸ ਮਾਮਲੇ ਚ ਸਫਾਈ ਚ ਆਪਣਾ ਕਿਹੜਾ ਪੱਖ ਰੱਖਦੇ ਨੇ ਦੇਖਣ ਵਾਲੀ ਗੱਲ ਹੋਗੀ ਪਹਿਲਾਂ ਵੀ 900 ਪੰਨਿਆਂ ਦਾ ਚਲਾਨ ਪੇਸ਼ ਕੀਤਾ ਸੀ ਵਿਜੀਲੈਂਸ ਨੇ ਤੇ ਹੁਣ ਦੇਖਦੇ ਹਾਂ ਇਸ ਵਾਰ ਕਿੰਨੇ ਪੰਨਿਆਂ ਦਾ ਚਲਾਨ ਆਉਂਦਾ ਜੀ ਜੀ ਇਹ ਬੀਜੇਪੀ ਦੇ ਵਿੱਚ ਜਾਣ ਤੋਂ ਸਰਕਾਰ ਕਿਉਂ ਡਰਦੀ ਸੀ ਕਿ ਦੇ ਉਧਰਲੀ ਵਾਸ਼ਿੰਗ ਮਸ਼ੀਨ ਚ ਜਾ ਕੇ ਸਾਫ਼ ਨਾ ਹੋ ਜਾਣ ਹਾਂ ਬਿਲਕੁਲ ਬਿਲਕੁਲ ਜੀ ਡਰ ਰਹਿੰਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਦਿੱਲੀ ਦੀ ਜਿਹੜੀ ਭਾਜਪਾ ਟੀਮ ਹੈ ਜਾਂ ਹਾਈ ਕਮਾਂਡ ਹੈ ਉਹਦੇ ਨਾਲ ਵੀ ਰਿਸ਼ਤਾ ਸੁਖਾਵਾਂ ਹੈ ਸੋ ਇਸ ਲਈ ਉਹ ਸਾਡਾ ਉੱਥੋਂ ਵੀ ਪੁੱਛਣਾ ਪੈਂਦਾ ਹੋਵੇ ਜੀ ਬਿਲਕੁਲ